ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਤੁਹਾਡਾ ਸੁਖਿੰਦਰ ਸਿੰਘ ਚੰਦੀ ਹਾਜ਼ਰ ਹਾਂ ਤੁਹਾਡੇ ਨਾਲ। ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਨੇ ਇੱਕ ਬੜਾ ਹੀ ਦੁਖਦ ਭਰਿਆ ਬਿਆਨ ਦਿੱਤਾ ਵੀ 965 NRI ਜਿਹੜੇ ਆ ਉਹ ਦੱਸ ਕੇ ਜਾਣ ਵੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਕ ਦਿੱਤਾ। ਉਹਨਾਂ ਦੀ ਬਿਆਨਬਾਜ਼ੀ ਇੰਨੀ ਭੈੜੀ ਆ ਨਾ, ਉਹਨਾਂ ਨੇ ਪੰਜਾਬ ਦੀਆਂ ਸਿੱਖਾਂ ਦੀਆਂ ਧੀਆਂ ਭੈਣਾਂ ਤੇ ਉਂਗਲ ਚੱਕੀ ਆ। ਇੱਕ ਬਜ਼ੁਰਗ ਨੇਤਾ ਹੋਣ ਦੇ ਨਾਤੇ, ਸਿਆਸਤਦਾਨ ਤੋਂ ਹੈ ਨਹੀਂ ਗਏ, ਇੱਕ ਬਜ਼ੁਰਗ ਹੋਣ ਦੇ ਨਾਤੇ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਆ। ਉਹਨਾਂ ਅਨੁਸਾਰ ਵੀ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ। ਮੈਂ ਵੀ ਬੜਾ ਚਿਰ ਜੁੜਿਆ ਰਿਹਾ ਮਾਨ ਸਾਹਿਬ ਦੇ ਨਾਲ, ਅਸੀਂ ਇੱਥੋਂ ਡੋਨੇਸ਼ਨ ਵੀ ਇਕੱਠੀ ਕਰਕੇ ਦਿੰਦੇ ਰਹੇ, ਮੋਨਟਰੀਅਲ ਤੋਂ ਭੇਜੇ ਉਹਨਾਂ ਲਈ ਕਈ ਪੈਸੇ। ਬੜੀ ਇੱਜ਼ਤ ਕਰੀ ਦੀ ਸੀ ਉਹਨਾਂ ਦੀ, ਪਰ ਜਦੋਂ ਦੇ ਉਹਨਾਂ ਦੇ ਬਿਆਨ ਆਉਂਦੇ ਇਸੇ ਕਰਕੇ ਉਹਨਾਂ ਤੋਂ ਪਿੱਛੇ ਹਟ ਗਏ ਹਾਂ। ਪੰਜਾਬ ਦੀ ਜਨਤਾ ਨੇ 2 ਵਾਰੀ ਉਹਨਾਂ ਨੂੰ ਮੌਕਾ ਦਿੱਤਾ, ਉਹਨਾਂ ਨੇ ਕਿਹੜਾ ਕੱਦੂ ਦੇ ਵਿੱਚ ਤੀਰ ਮਾਰਿਆ, ਕੀ ਉਹਨਾਂ ਨੇ ਕੌਮ ਵਾਸਤੇ ਕੀਤਾ ਆ? ਜਾਂ ਤਾਂ ਕੌਮ ਨੇ ਉਹਨਾਂ ਨੂੰ ਮੌਕਾ ਨਾ ਦਿੱਤਾ ਹੋਵੇ, ਕਿਰਪਾਨ ਦਾ ਧੂਣਾ ਡਾਹ ਕੇ ਏਜੰਸੀਆਂ ਦੇ ਕਹਿਣ ਤੇ ਇਹਨਾਂ ਨੇ ਖੁਦ ਰਾਜੀਵ ਗਾਂਧੀ ਨੂੰ ਚਿੱਠੀ ਲਿਖੀ, ਮੁੜ ਕੇ ਵੀਪੀ ਸਿੰਘ ਨੂੰ ਚਿੱਠੀ ਲਿਖੀ, ਮੈਂ ਤੁਹਾਡੇ ਹੀ ਵਾਸਤੇ ਸਾਰਾ ਕੁਛ ਕੀਤਾ, ਮੈਂ ਵਧੀਆ ਜੋਬ ਕੀਤੀ ਆ, ਮੈਂ ਤੁਹਾਡੇ ਕਹਿਣ ਤੇ ਸਾਰਾ ਜਿਹੜਾ ਅੱਤਵਾਦ ਆ ਉਹ ਖਤਮ ਕਰਵਾਤਾ। ਮਹਿਤਾ ਚੌਂਕ ਜਾ ਕੇ ਸਾਰੀ ਏਜੰਸੀਆਂ ਨੂੰ ਪੂਰੀ CID ਦਿੰਦੇ ਰਹੇ ਪੁਲਿਸ ਨੂੰ, ਇਹ ਤੇ ਬਾਦਲ ਰਲ ਕੇ ਜਿਹੜੀਆਂ। ਉਦੋਂ ਇਹਨਾਂ ਨੇ ਖੁਦ ਇਲੈਕਸ਼ਨ ਦਾ ਬਾਈਕਾਟ ਕੀਤਾ ਸੀਗਾ, ਜਦੋਂ ਕਾਂਗਰਸ ਬਿਨਾਂ ਹੀ ਮੁਕਾਬਲੇ ਬਣ ਗਈ ਸੀ। ਇਹਨਾਂ ਨੂੰ ਪਤਾ ਸੀ ਕਿ ਅਸੀਂ ਆਪ ਸੱਤਾ ਦੇ ਵਿੱਚ ਰਹਿ ਕੇ, ਉਦੋਂ ਤੇ ਮਾਨ ਸਾਹਿਬ 500 ਵੋਟ ਲੈ ਕੇ ਵੀ ਮੁੱਖ ਮੰਤਰੀ ਬਣਦੇ ਸੀ, ਪਰ ਇਹਨਾਂ ਨੇ ਖੁਦ ਉਦੋਂ ਇਹਨਾਂ ਨੇ ਵਿਰੋਧ ਕੀਤਾ ਵੀ ਅਸੀਂ ਇਲੈਕਸ਼ਨ ਨਹੀਂ ਲੈਣੀ, ਬਾਈਕਾਟ ਕੀਤਾ ਤੇ ਕਾਂਗਰਸ ਸੱਤਾ ਜਾ ਗਈ। ਇਹਨਾਂ ਨੇ ਰਲ ਕੇ, ਕਾਂਗਰਸ ਨੇ ਤੇ ਅਕਾਲੀ ਦਲ ਬਾਦਲ ਨੇ ਤੇ ਮਾਨ ਨੇ, ਜੋ ਆ ਖੜਕੂਵਾਦ ਇਹਨਾਂ ਨੇ ਖਤਮ ਕੀਤਾ ਸੀ। ਮਾਨ ਸਾਹਿਬ ਤੇ ਬਾਦਲ ਸਾਹਿਬ CID ਦਿੰਦੇ ਰਹੇ ਤੇ KPS ਗਿੱਲ ਨੇ ਤੇ ਬਿਆਨ ਸਿੰਘ ਹੋਣਾ ਨੇ ਸਾਰਾ ਕੁਛ ਖਤਮ ਕਰਤਾ। ਦੋਸਤੋ, ਗੱਲ ਮੁੱਦੇ ਤੇ ਆਈਏ ਵੀ ਮਾਨ ਸਾਹਿਬ ਨੇ ਕਿਹਾ ਵੀ ਸੰਜੇ ਸਿੰਘ ਤੇ ਦਰਗੇਸ਼ ਪਾਠਕ ਨੂੰ ਪੰਜਾਬ ਦੀਆਂ ਧੀਆਂ ਭੈਣਾਂ ਪੇਸ਼ ਕਰਕੇ ਤੇ ਉਹ ਜਾਣੀ ਕਿ ਟਿਕਟਾਂ ਦੇ ਬਦਲੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ। ਮੈਂ ਮਾਨ ਸਾਹਿਬ ਨੂੰ ਬੜੀ ਨਿਮਰਤਾ ਨਾਲ ਪੁੱਛਣਾ ਚਾਹੁੰਦਾ ਵੀ ਤੁਹਾਡੇ ਕੋਲ ਕਿਹੜਾ ਥਰਮਾਮੀਟਰ ਆ, ਕਿਹੜੀ ਤੁਹਾਡੀ ਖੁਫੀਆ ਏਜੰਸੀ ਆ? ਮਾਨ ਸਾਹਿਬ, ਇਹ ਤੁਸੀਂ ਸਾਰੇ ਪੰਜਾਬ ਦੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕਰ ਰਹੇ ਆ, ਉਹਦੇ ਵਿੱਚ ਤੁਹਾਡੀਆਂ ਧੀਆਂ ਭੈਣਾਂ ਵੀ ਆਉਂਦੀਆਂ। ਜੇ ਤੁਸੀਂ ਸਿੱਖ ਆ, ਇਹਦਾ ਮਤਲਬ ਤੁਸੀਂ ਸਾਰੇ ਪੰਜਾਬੀਆਂ ਦੀ ਬੇਇੱਜ਼ਤੀ ਕੀਤੀ ਆ। ਇੱਕ ਬਜ਼ੁਰਗ ਹੋਣ ਦੇ ਨਾਤੇ ਹੁਣ ਤੁਹਾਡੇ ਵੱਸ ਦੀ ਗੱਲ ਨਹੀਂ, ਤੁਹਾਡਾ ਦਿਮਾਗੀ ਸੰਤੁਲਨ ਜਿਹੜਾ ਆ ਉਹ ਠੀਕ ਨਹੀਂ ਗਾ। ਅਤਿੰਦਰਪਾਲ ਜੀ ਉਹਨਾਂ ਨੇ ਬੜੀ ਇੱਕ ਇੰਟਰਵਿਊ ਦਿੱਤੀ ਸੀ, ਤੁਸੀਂ ਉਹਨਾਂ ਦੇ ਗੱਲਾਂ ਦਾ ਜਵਾਬ ਹਾਲੇ ਤੱਕ ਨਹੀਂ ਦਿੱਤਾ। ਉਹਨਾਂ ਨੇ ਖੁਦ ਕਿਹਾ ਵੀ ਤੁਸੀਂ ਏਜੰਸੀਆਂ ਦੇ ਬੰਦੇ ਆ, ਤੁਸੀਂ ਹਮੇਸ਼ਾ ਹੀ ਬਾਦਲਾਂ ਦਾ ਤੇ ਕਾਂਗਰਸ ਦਾ ਸਾਥ ਦਿੱਤਾ ਆ, ਸਿੱਖ ਕੌਮ ਦੀ ਪਿੱਠ ਛੁਰਾ ਮਾਰਿਆ। ਮੇਰੀ ਵੀ ਤੁਹਾਡੇ ਨਾਲ ਗੱਲ ਹੋਈ ਸੀਗੀ 2 ਅਕਤੂਬਰ ਦੇ ਵਿੱਚ, 2 ਘੰਟੇ ਮੈਂ ਤੁਹਾਨੂੰ ਕਿਹਾ ਸੀਗਾ ਮੈਂ ਗੱਲ ਕਰਦਾ ਖੁਦ ਅਰਵਿੰਦ ਕੇਜਰੀਵਾਲ ਨਾਲ, ਭਗਵੰਤ ਮਾਨ ਨਾਲ ਜਾਂ ਗੁਰਪ੍ਰੀਤ ਘੁੱਗੀ ਹੋਣਾ ਨਾਲ, ਤੁਸੀਂ ਬਾਹਰੋਂ ਆਮ ਆਦਮੀ ਪਾਰਟੀ ਦਾ ਸਮਰਥਨ ਕਰੋ ਤੇ ਤੁਹਾਡੇ ਨਾਲ ਪ੍ਰੋਮਿਸ ਕਰਾਂਗੇ ਵੀ ਜਦੋਂ ਸਰਕਾਰ ਬਣ ਗਈ ਤਾਂ ਤੁਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਬਾਦਲਾਂ ਨੂੰ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਕੱਢ ਦਿੰਦੀ ਆ, ਸ਼੍ਰੋਮਣੀ ਕਮੇਟੀ ਦੇ ਵਿੱਚੋਂ ਤੁਸੀਂ ਕੱਢ ਦਿਓ, ਨਾਲ ਤੁਹਾਡੀ ਬਾਹਰੋਂ ਸਮਰਥਨ ਕਰਾਂਗੇ, ਪੂਰਾ ਪੰਜਾਬ ਦਾ ਗੰਦ ਨਿਕਲ ਜਾਣਾ। ਤੇ ਤੁਹਾਡੀ ਵਰਡਿੰਗ ਸੀਗੀ ਮੈਂ ਪੰਜਾਬ ਦੀ ਸੱਤਾ ਤੋਂ ਆਪਣਾ ਕਬਜ਼ਾ ਕਿੱਦਾਂ ਛੱਡਦਾ। ਹੁਣ 11 ਮਾਰਚ ਨੂੰ ਰਿਜ਼ਲਟ ਆ ਜਾਣਾ, ਪਤਾ ਲੱਗ ਜੂਗਾ ਤੁਸੀਂ ਕਿੰਨਾ ਕੁ ਸਹਿਯੋਗ ਆ ਤੁਹਾਡਾ ਸੱਤਾ ਦੇ ਵਿੱਚ ਕੀ ਆ, ਤੁਸੀਂ ਕਿੰਨੀਆਂ ਕੁ ਵੋਟਾਂ ਪਾਈਆਂ, ਲੋਕਾਂ ਨੇ ਤੁਹਾਨੂੰ ਦੱਸ ਹੀ ਦੇਣਾ ਆ ਵੀ ਤੁਹਾਡੀ ਕਿੰਨੀ ਕੁ ਔਕਾਤ ਆ, ਕਿੰਨਾ ਕੁ ਤੁਹਾਡਾ ਲੋਕਾਂ ਦੇ ਵਿੱਚ ਸਹਿਚਾਰ ਹੈਗਾ। ਪਰ ਪਲੀਜ਼ ਬੇਨਤੀ ਆ, ਤੁਸੀਂ ਉਮਰ ਦੇ ਹਿਸਾਬ ਨਾਲ, ਤੁਹਾਨੂੰ 2 ਵਾਰੀ ਮੌਕਾ ਦਿੱਤਾ ਸੀਗਾ, ਤੁਹਾਡੇ ਕੋਲੋਂ ਕੁਛ ਨਹੀਂ ਹੋਇਆ, ਹੁਣ ਆਪਣੇ ਬੱਚਿਆਂ ਦੇ ਵਿੱਚ ਬੈਠੋ, ਤੁਸੀਂ ਬਜ਼ੁਰਗ ਹੋ ਗਏ ਆ।
ਇਦਾਂ ਦੇ ਬੇਤੁਕੇ ਬਿਆਨ ਦੇ ਕੇ ਪੰਜਾਬ ਦੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਨਾ ਕਰੋ, ਮਾਨ ਸਾਹਿਬ ਨਾ ਕਰੋ। ਤੁਹਾਡੇ ਅਰਗੇ ਚਿਹਰੇ ਮੋਹਰੇ ਵਾਲੇ ਜਿਹੜੇ ਦੇਖਣ ਨੂੰ ਸਿੱਖ ਆ ਬਹੁਤ ਵੱਡੇ, ਤੇ ਐਡੇ ਦਾੜੇ ਪ੍ਰਕਾਸ਼ ਕੀਤੇ ਹੋਏ ਆ, ਤੁਸੀਂ ਦਸਤਾਰ ਸਜਾਈ ਹੋਈ ਆ, ਤੁਸੀਂ ਆਪਣੇ ਆਪ ਨੂੰ ਬੜੇ ਸੱਚੇ ਸੁੱਚੇ ਸਿੱਖ ਸਮਝਦੇ ਆ, ਤੇ ਤੁਸੀਂ ਕੀ ਕਹਿ ਰਹੇ ਆ ਉਹ ਤੇ ਗੌਰ ਨਾਲ ਸੋਚੋ। ਤੁਸੀਂ ਸ਼ਰੇਆਮ ਆਪਣੀਆਂ ਧੀਆਂ ਭੈਣਾਂ ਤੇ ਖੁਦ ਉਂਗਲ ਚੱਕ ਰਹੇ ਆ, ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਆ ਕਿ ਪੰਜਾਬੀਆਂ ਦੀਆਂ ਧੀਆਂ ਭੈਣਾਂ ਇੱਦਾਂ ਤੁਰੀਆਂ ਫਿਰਦੀਆਂ? ਬੜੀ ਸ਼ਰਮ ਵਾਲੀ ਗੱਲ ਆ ਤੁਹਾਡੇ ਮੂੰਹ ਇੱਦਾਂ ਦੇ ਬਜ਼ੁਰਗ ਬੰਦਿਆਂ ਦੇ ਮੂੰਹ ਸੁਣਦੇ ਆ। ਕੋਈ ਬੇਅਕਲਾ ਬੇਵਕੂਫ ਬੰਦਾ ਤਾਂ ਇੱਦਾਂ ਦੀ ਗੱਲ ਕਹਿ ਜਾਵੇ, ਚਲੋ ਸੋਰੀ ਮੈਨੂੰ ਕਹਿਣਾ ਨਹੀਂ ਚਾਹੀਦਾ, ਲੋਕਾਂ ਨੂੰ ਪਤਾ ਹੀ ਤੁਸੀਂ ਵੀ ਕਿੰਨੇ ਕੁ ਸਿਆਣੇ ਆ, ਪਰ ਆਪਣੀ ਜ਼ਬਾਨ ਤੇ ਕੰਟਰੋਲ ਰੱਖਿਆ ਕਰੋ। ਤੁਸੀਂ ਬੜੇ ਬੇਤੁਕੇ ਬਿਆਨ ਦਿੰਦੇ ਆ, ਤੁਸੀਂ ਪੋਲੀਟੀਸ਼ੀਅਨ ਹੈ ਨਹੀਂ, ਇੱਕ ਰਿਟਾਇਰ ਪੁਲਿਸ ਅਫੀਸਰ ਆ, ਤੁਸੀਂ ਆਪਣੀ ਸਾਰੀ ਪਲੈਨਟ ਨਾਲ ਜੋਬ ਛੱਡ ਕੇ ਆਏ ਸੀ, ਲੋਕਾਂ ਨੂੰ ਬੇਵਕੂਫ ਬਣਾਇਆ, ਹੁਣ ਤੱਕ ਬਣਾਈ ਜਾਂਦੇ ਆ, ਬੜਾ ਲੋਕਾਂ ਨੇ ਪੈਸਾ ਇਕੱਠਾ ਕਰਕੇ ਦਿੱਤਾ ਤੁਹਾਨੂੰ, ਤੁਸੀਂ ਕੋਈ ਵਧੀਆ ਆਗੂ ਦੇ ਤੌਰ ਤੇ ਨਹੀਂ ਨਿਤਰੇ, ਇਸੇ ਕਰਕੇ ਲੋਕਾਂ ਨੇ ਤੁਹਾਨੂੰ ਹਮੇਸ਼ਾ ਹੀ ਨਕਾਰਿਆ। ਦੋ ਵਾਰੀ ਮੌਕਾ ਦਿੱਤਾ ਸੀ, ਹੁਣ ਉਦੋਂ ਬਾਅਦ ਨਕਾਰ ਰਹੇ ਆ, ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਤੁਸੀਂ ਇਹਨਾਂ ਦਾ ਹੀ, ਬਾਦਲਾਂ ਦੇ ਕਾਂਗਰਸ ਦਾ ਹੀ ਸਾਥ ਦਿੰਦੇ ਆ, ਤੁਸੀਂ ਏਜੰਸੀਆਂ ਦੇ ਬੰਦੇ ਆ। ਇਸ ਕਰਕੇ ਹੱਥ ਬੰਨ ਕੇ ਬੇਨਤੀ ਆ ਵੀ ਆਪਣੇ ਘਰੇ ਬਹਿ ਜਾਓ, ਆਪਣੇ ਪੋਤੇ ਪੋਤੀਆਂ ਬੱਚਿਆਂ ਬੱਚੀਆਂ ਦਾ ਧਿਆਨ ਰੱਖੋ। ਪੰਜਾਬ ਦੀਆਂ ਧੀਆਂ ਭੈਣਾਂ ਵੱਲੀ ਉਂਗਲ ਚੱਕਣ ਦਾ ਤੁਹਾਨੂੰ ਕੋਈ ਹੱਕ ਨਹੀਂ, ਹਰ ਬੰਦੇ ਦੀ ਇੱਜ਼ਤ ਆ। ਇਸ ਕਰਕੇ ਮੇਰੀ ਬੇਨਤੀ ਆ, ਆਪਣੀ ਜ਼ੁਬਾਨ ਤੇ ਕੰਟਰੋਲ ਰੱਖਿਆ ਕਰੋ, ਕਿਸੇ ਦੀ ਧੀ ਭੈਣ ਦੇ ਉਂਗਲ ਚੱਕਣ ਤੋਂ ਪਹਿਲਾਂ ਸੋਚਿਆ ਕਰੋ ਤੁਹਾਡੇ ਘਰੇ ਵੀ ਧੀਆਂ ਭੈਣਾਂ ਹੈਗੀਆਂ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।